संत बलजीत सिंह दादूवाल ने श्रोमणी अकाली दल के 99 साल स्थापना दिवस के समागम तेजा सिंह समुद्री हाल च मनाए जाने सवाल चुके ने। श्रोमणी अकाली दल जो शहीदां दी जथेबंदी सी सिख पंथ ने अपनी राजनीतिक अगवाई दे वास्ते शहादतां दे के साडे बजुर्गां ने श्रोमणी अकाली दल बनाया सी, जिस दे पंथ दे बदाज बादशाह बाबा खड़ग सिंह वर्गे ਅਤੇ ਜਹੇਦਾਰ ਮੋਹਨ ਸਿੰਘ ਤੁਰ ਵੜਗੇ ਵੀ ਪ੍ਰਧਾਨ ਰਹੇ, ਹੋਰ ਬਹੁਤ ਸਾਰੇ ਚੜ੍ਹਦੀ ਕਲਾ ਵਾਲੇ ਪ੍ਰਧਾਨ ਜਿਨ੍ਹਾਂ ਨੇ ਕੌਮ ਨੂੰ ਬੁਲੰਦੀਆਂ 'ਤੇ ਲਿਜਾਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਸੀਗਾ ਆਪਣੀ ਰਹਿਨੁਮਾਈ ਦਿੱਤੀ, ਅਗਵਾਈ ਦਿੱਤੀ। ਪਰ ਜਦੋਂ ਤੋਂ ਇਹ ਬਾਦਲ ਪਰਿਵਾਰ ਦੇ ਕਬਜ਼ੇ ਦੇ ਵਿੱਚ ਸ਼ਹੀਦਾਂ ਦੀ ਮਹਾਨ ਜਥੇਬੰਦੀ ਆਈ ਤਾਂ ਉਹਨਾਂ ਨੇ ਮੋਗਾ ਕਾਨਫਰੰਸ ਦੇ ਵਿੱਚ ਇਸ ਨੂੰ ਪੰਜਾਬੀ ਪਾਰਟੀ ਦੇ ਵਿੱਚ ਤਬਦੀਲ ਕਰ ਦਿੱਤਾ ਸੀਗਾ। ਅੱਜ ਬਾਦਲ ਪਰਿਵਾਰ ਦੀ ਪੰਜਾਬੀ ਪਾਰਟੀ ਹੈ, ਕੋਈ ਪੰਥ ਦੀ ਪੰਥਕ ਪਾਰਟੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦਾ 99 ਸਾਲ ਆ, ਉਹ ਵੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮਨਾਉਣ ਦੀ ਗੱਲ ਕਰਨ ਵਾਲਾ ਬਾਦਲ ਪਰਿਵਾਰ ਅਤੇ ਉਹਨਾਂ ਨੂੰ ਇਜਾਜ਼ਤ ਦੇਣ ਵਾਲੀ ਸ਼੍ਰੋਮਣੀ ਕਮੇਟੀ, ਉਹ ਕਟਹਿਰੇ 'ਚ ਅੱਜ ਖੜ੍ਹੀ ਆ। ਕੌਮ ਜਵਾਬ ਮੰਗਦੀ ਆ ਕਿ ਜਿਹੜੀ ਪੰਜਾਬੀ ਪਾਰਟੀ ਆ, ਕਿਸੇ ਵੀ ਪੰਜਾਬੀ ਪਾਰਟੀ ਨੂੰ ਇਸ ਤਰ੍ਹਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਜਾਜ਼ ਦੇਵੇ, ਇਹਨੂੰ ਪੰਥ ਪ੍ਰਵਾਨ ਨਹੀਂ ਕਰੇਗਾ, ਬਰਦਾਸ਼ਤ ਨਹੀਂ ਕਰੇਗਾ। ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਸੀ, ਉਹਦੇ 'ਚੋਂ ਜਿਹੜੇ ਪੰਥ ਦਾ ਦਰਦ ਰੱਖਣ ਵਾਲੇ ਆਗੂ ਸੀ, ਇੱਕ ਇੱਕ ਕਰਕੇ ਬਾਦਲ ਪਰਿਵਾਰ ਨੇ ਪਾਸੇ ਕੱਢ ਦਿੱਤੇ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਉਹਨਾਂ ਸਮੂਹ ਪੰਥਕ ਆਗੂਆਂ ਨੂੰ, ਉਹ ਸਮੂਹ ਅਕਾਲੀ ਦਲਾਂ ਨੂੰ, ਪੰਥਕ ਦਲਾਂ ਨੂੰ, ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ 99 ਸਾਲਾ ਜਿਹੜਾ ਸਥਾਪਨਾ ਦਿਵਸ ਆਉਣ ਵਾਲੀ 14 ਦਸੰਬਰ ਨੂੰ ਸਾਰੇ ਰਲ ਕੇ ਮਨਾਉਣ। ਪੰਜਾਬ ਦੇ ਰਾਜਨੀਤਿਕ ਧਾਰਮਿਕ ਸਮੀਕਰਨ ਬੜੀ ਤੇਜ਼ੀ ਦੇ ਨਾਲ ਬਦਲ ਰਹੇ ਆ, ਅਤੇ ਅੱਜ ਉਹ ਪੰਥ ਦੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਜਥੇਬੰਦੀ ਸੀ ਉਹਨੂੰ ਦੁਬਾਰਾ ਸੁਰਜੀਤ ਕਰਨ ਦੀ ਲੋੜ ਆ। ਸੋ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜੇਕਰ ਉਹ ਬਾਦਲ ਪਰਿਵਾਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਉਹਨਾਂ ਦੀ ਪੰਜਾਬੀ ਪਾਰਟੀ ਦੇ ਵਾਸਤੇ ਦਿੰਦੀ ਆ, ਅਤੇ ਇਹ ਵੀ ਇੱਕ ਇਤਿਹਾਸ ਦਾ ਕਾਲਾ ਦਿਨ ਹੋਊਗਾ। ਸੋ ਇਸ ਕਰਕੇ ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ, ਅਤੇ ਮੈਂ ਆਪਣੇ ਵੱਲੋਂ ਬੇਨਤੀ ਕਰਨੀ ਚਾਹੁੰਦਾ ਕਿ ਪੰਥ ਦੀਆਂ ਮਹਾਨ ਸੰਸਥਾਵਾਂ ਸ਼੍ਰੋਮਣੀ ਕਮੇਟੀ, ਤਖ਼ਤ ਸਾਹਿਬਾਨਾਂ ਤੋਂ ਬਾਦਲ ਪਰਿਵਾਰ ਦਾ ਗਲਬਾ, ਬਾਦਲ ਪਰਿਵਾਰ ਦਾ ਕਬਜ਼ਾ, ਜਿਨ੍ਹਾਂ ਨੇ ਇਹਨਾਂ ਸੰਸਥਾਵਾਂ ਦੇ ਮਹਾਨ ਅਸੂਲਾਂ ਅਤੇ ਸਿਧਾਂਤ ਨੂੰ ਰੋਲਿਆ, ਉਹਨਾਂ ਦਾ ਕਬਜ਼ਾ ਹਟਾਉਣ ਵਾਸਤੇ ਜਿਹੜਾ ਵੀ ਕੋਈ ਪੰਥਕ ਆਗੂ ਪੂਰੀ ਤਨਦੇਹੀ ਦੇ ਨਾਲ, ਸਾਫ਼ ਨੀਅਤ ਦੇ ਨਾਲ ਦਿਨ ਰਾਤ ਇੱਕ ਕਰਕੇ ਸਰਗਰਮ ਹੋਣਗੇ, ਹੰਬਲਾ ਮਾਰਨਗੇ, ਅਸੀਂ ਉਹਨਾਂ ਦਾ ਪੂਰਾ ਸਹਿਯੋਗ ਕਰਾਂਗੇ। ਸੋ ਅੱਜ ਲੋੜ ਆ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਦਾ ਕਰਨ ਦੀ, ਸੁਰਜੀਤ ਕਰਨ ਦੀ। ਸੰਤ ਦਾਦੂਵਾਲ ਨੇ ਬਾਦਲ ਪਰਿਵਾਰ ਤੋਂ ਪੰਥ ਦੀਆਂ ਮਹਾਨ ਸੰਸਥਾਵਾਂ ਦਾ ਕਬਜ਼ਾ ਛਡਵਾਉਣ ਦੀ ਗੱਲ ਕਰਦਿਆਂ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਣ ਦੀ ਅਪੀਲ ਕੀਤੀ ਹੈ। ਨਾਲ ਹੀ ਉਹਨਾਂ ਤੇਜਾ ਸਿੰਘ ਸਮੁੰਦਰੀ ਹਾਲ 'ਚ ਸਮਾਗਮਾਂ ਦੀ ਇਜਾਜ਼ਤ ਦੇਣ 'ਤੇ ਸ਼੍ਰੋਮਣੀ ਕਮੇਟੀ 'ਤੇ ਵੀ ਸਵਾਲ ਚੁੱਕੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ 'ਤੇ ਕੀ ਫੈਸਲਾ ਲੈਂਦੀ ਹੈ। ਬਠਿੰਡਾ ਤੋਂ ਪਰਮਿੰਦਰ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।